ਓ ਆ ਯਾਰ ਬਸੀਰਿਆ ਅੱਜ ਕੀ ਕਰਨਾ ਏ ਫਿਰ ਪਸ ਯਾਰ ਮੈਨੂੰ ਗਣਿਤ ਦੇ ਕੋਈ ਸਵਾਲ ਨਹੀਂ ਆਉਂਦੇ ਤੇਰੇ ਕੋਲ ਹੀ ਸਮਝਣੇ ਨੇ ਸਮਝਾ ਦੇਵਾਂਗਾ ਸਮਝਾ ਦੇਵਾਂਗਾ ਯਾਰ ਜਦੋਂ ਤੇਰੇ ਨਾਲ ਦੋਸਤੀ ਕੀਤੀ ਹੈ ਤਾਂ ਸਵਾਲ ਵੀ ਜਰੂਰ ਸਮਝਾ ਦੇਵਾਂਗਾ ਪਹਿਲਾ ਕਿਹੜਾ ਤੈਨੂੰ ਕੋਈ ਜਵਾਬ ਹੈ ਓਏ ਨਵਤੇਜ ਤੂੰ ਕੱਲ ਮੇਰੀ ਕਾਪੀ ਪੜੀ ਸੀ ਮੈਂ ਨਹੀਂ ਤੈਨੂੰ ਛੱਡਦਾ ਅੱਜ ਓਏ ਸਤਿਆ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਢ ਲੈ ਇਹਨੇ ਕੋਈ ਤਰੀਕਾ ਪੀ ਪਾੜੀ ਛੱਡੀ ਨੂੰ ਬਸ਼ੀਰੇ ਤੇ ਨਵਤੇਜ ਦੀ ਦੋਸਤੀ ਹੈ ਲਾਜਵਾਬ ਬਸ਼ੀਰਾ ਖੇਡਾਂ ਵਿੱਚ ਹੈ ਵਧੀਆ ਤੇ ਨਵਤੇਜ ਪੜਾਈ ਵਿੱਚ ਨਹੀਂ ਉਸਦਾ ਕੋਈ ਜਵਾਬ ਪੜਾਈ ਵਿੱਚ ਬਸ਼ੀਰੇ ਦੀ ਮਦਦ ਕਰਦਾ ਹੈ ਨਵਤੇਜ ਪਰ ਖੇਡਾਂ ਵਿੱਚ ਬਸ਼ੀਰੇ ਨੇ ਹੀ ਕੀਤਾ ਹੈ ਨਵਤੇਜ ਨੂੰ ਤੇਜ ਲੱਕਦੇ ਬਾਈ ਬਸ਼ੀਰਿਆ ਓਏ ਸ਼ੀਰਾ ਤੇਰੀ ਕਿੱਕ ਦਾ ਨਹੀਂ ਜਵਾਬ ਓਏ ਬਚ ਕੇ ਓਏ ਬਚ ਕੇ ਉਹ ਕਰਤਾ ਗੋਲ ਮੇਰੇ ਬਾਈ ਨੇ ਬਸ਼ੀਰਾ 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 ਬਸ਼ੀਰਿਆ ਤੂੰ ਵੀ ਕੋਈ ਗੀਤ ਸੁਣਾ ਅੱਜ ਨਵਤੇਜ ਦਾ ਜਨਮ ਦਿਨ ਹੈ ਨਹੀਂ ਨਹੀਂ ਕਹਤੀ ਇਹਨਾਂ ਅੰਗਰੇਜ਼ੀ ਗੀਤ ਗਾਉਣ ਬਾਰੇ ਸਾਹਮਣੇ ਮੈਂ ਆਪਣੇ ਗੀਤ ਕਿਵੇਂ ਗਾ ਸਕਦਾ ਮੈਨੂੰ ਤਾਂ ਇਹਨਾਂ ਸਾਹਮਣੇ ਸ਼ਰਮ ਆਉਂਦੀ ਹੈ ਮੈਂ ਤਾਂ ਸਾਹਮਣੇ ਹੱਸ ਵੀ ਨਹੀਂ ਸਕਦਾ ਤਾਂ ਹੀ ਤਾਂ ਮੈਨੂੰ ਇਹ ਸਾਰੇ ਦੋਸਤ ਚੰਗੇ ਨਹੀਂ ਲੱਗਦੇ ਕਿਉਂਕਿ ਇਹਨਾਂ ਸਾਹਮਣੇ ਮੇਰਾ ਪੱਕਾ ਯਾਰ ਬਸੀਰਾ ਨਾ ਖੁੱਲ ਕੇ ਬੋਲਦਾ ਤੇ ਨਾ ਹੀ ਹੱਸਦਾ ਤੇ ਨਾ ਹੀ ਆਪਣੀ ਪਿਆਰੀ ਜਹੀ ਆਵਾਜ਼ ਵਿੱਚ ਕੋਈ ਗੀਤ ਸੁਣਾਉਂਦਾ ਉੰਜ ਤਾਂ ਇਹਨੂੰ ਗਾਉਣ ਦਾ ਬਥੇਰਾ ਸ਼ੌਕ ਹੈ ਲੈ ਬਸੀਰੇ ਇਹਨਾਂ ਸਾਰੇ ਤੋਹਫਿਆਂ ਵਿੱਚੋਂ ਇਹ ਰੰਗ-ਬਰੰਗੀ ਜਰਸੀ ਤੂੰ ਲੈ ਲੈ ਇਹ ਤੇਰੇ ਤੇ ਚੰਗੀ ਲੱਗੇਗੀ ਹਾਂ ਹਾਂ ਠੀਕ ਹੈ ਇਹ ਤੂੰ ਲੈ ਲੈ ਤੇ ਇਹ ਫੁੱਟਬਾਲ ਵੀ ਤੇਰੀ ਐ ਮੇਰੇ ਵੱਲੋਂ ਕਿਉਂਕਿ ਇਹਦੀ ਸਭ ਤੋਂ ਵੱਧ ਜ਼ਰੂਰਤ ਹੈ ਤੈਨੂੰ ਹਾਂ ਹਾਂ ਮੈਨੂੰ ਇਹਦੀ ਜ਼ਰੂਰਤ ਹੈ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਫੁੱਟਬਾਲ ਹੈ ਇਹ ਬੜਾ ਪਿਆਰ ਹੈ ਬਸ਼ੀਰਾ ਤੇ ਨਵਤੇਜ ਬਣ ਗਏ ਸੀ ਹੁਣ ਪੱਕੇ ਯਾਰ ਸੁਪਨਿਆਂ ਦੀ ਦੁਨੀਆ ਉਸਾਰਦੇ ਗੱਲਾਂ-ਗੱਲਾਂ ਵਿੱਚ ਹੀ ਸਿਰਜਦੇ ਸੀ ਇੱਕ ਨਵਾਂ ਸੰਸਾਰ ਕਾਲਜ ਵੀ ਇਕੱਠੇ ਪੜਾਂਗੇ ਫਿਰ ਯੂਨੀਵਰਸਿਟੀ ਵੀ ਇਕੱਠੇ ਜਾਵਾਂਗੇ ਬਸ਼ੀਰਾ ਬਣੇਗਾ ਫੁੱਟਬਾਲ ਟੀਮ ਦਾ ਕੈਪਟਨ ਤੇ ਨਵਤੇਜ ਬਣੇਗਾ ਇੱਕ ਵੱਡਾ ਕਹਾਣੀਕਾਰ ਪਰਦੇਸ ਦੀ ਸੈਰ ਕਰਨ ਲਈ ਇਕੱਠੇ ਉੱਡਾਂਗੇ ਜਦੋਂ ਜਹਾਜ਼ ਵਿੱਚ ਬੈਠ ਕੇ ਪਰਤਦਿਆਂ ਤਾਂ ਫਿਰ ਕਾਂਤੀ ਹਵਾਈ ਅੱਡੇ ਤੇ ਕਰਦੀ ਹੋਵੇਗੀ ਇੰਤਜ਼ਾਰ ਬਸ਼ੀਰਾ ਲੈ ਰਿਹਾ ਸੀ ਨਵਤੇਜ ਤੇ ਕਾਂਤੀ ਦੇ ਵਿਆਹ ਦੇ ਸੁਪਨੇ ਇੰਜ ਦਿਖਦਾ ਸੀ ਉਸ ਨੂੰ ਜਿਵੇਂ ਦੋਵੇਂ ਪਾ ਰਹੇ ਸੀ ਇੱਕ ਦੂਜੇ ਦੇ ਗਲੇ ਵਿੱਚ ਹਾਰ ਤੇ ਫੇਰ ਕਈ ਦਿਨਾਂ ਤੱਕ ਬਸ਼ੀਰਾ ਆਇਆ ਨਹੀਂ ਸਕੂਲ ਰਿਹਾ ਸੀ ਗੈਰ ਹਾਜ਼ਰ ਨਵਤੇਜ ਥੱਕ ਚੁੱਕਾ ਸੀ ਕਰ ਕਰਕੇ ਉਸ ਦਾ ਇੰਤਜ਼ਾਰ ਓਏ ਬਸ਼ੀਰਾ ਤੂੰ ਇੰਨੇ ਦਿਨਾਂ ਦਾ ਸਕੂਲ ਕਿਉਂ ਨਹੀਂ ਆਇਆ ਓਏ ਇੱਥੇ ਕੀ ਕਰਦਾ ਏ ਮੇਰੇ ਮੀਏ ਨੇ ਮੱਝ ਖਰੀਦ ਲਈ ਏ ਤੇ ਫਿਰ ਚੰਗਾ ਹੋਇਆ ਹੁਣ ਤੂੰ ਦੁੱਧ ਤੇ ਲੱਸੀ ਪੀ ਕੇ ਸਕੂਲ ਆਇਆ ਕਰ ਪਰ ਪਰ ਨਵਤੇ ਨਹੀਂ ਹੁਣ ਮੈਂ ਮੱਝ ਨੂੰ ਚਰਾਇਆ ਕਰਾਂਗਾ ਹੁਣ ਮੈਂ ਸਕੂਲ ਨਹੀਂ ਆ ਸਕਦਾ ਫਿਰ ਮੱਝ ਦੁੱਧ ਦੇਵੇਗੀ ਠੇਕੇਦਾਰ ਕੋਲ ਅਸੀਂ ਦੁੱਧ ਵੇਚਦਿਆਂ ਕਰਾਂਗੇ ਤੇ ਸਾਡੇ ਘਰ ਦਾ ਗੁਜ਼ਾਰਾ ਫਿਰ ਉਹਨਾਂ ਪੈਸਿਆਂ ਨਾਲ ਚੱਲੇਗਾ ਕਿਸੇ ਲਈ ਮੱਝ ਹੁੰਦੀ ਹੈ ਪ੍ਰਤੀਕ ਦੁੱਧ ਤੇ ਲੱਸੀ ਦਾ ਪਰ ਕਿਸੇ ਦੂਜੇ ਲਈ ਹੈ ਪ੍ਰਤੀਕ ਘਰ ਦੇ ਗੁਜ਼ਾਰੇ ਦੀ ਕਈ ਮੱਝਾਂ ਚਾਰਦੇ ਵੀ ਤਰਸਦੇ ਨੇ ਸਿੱਪੀ ਸਿੱਪੀ ਦੁੱਧ ਲਈ ਤੇ ਤਰਸ ਜਾਂਦੇ ਨੇ ਆਪਣੇ ਦੋਸਤਾਂ ਯਾਰਾਂ ਲਈ ਸਕੂਲ ਜਾਣਾ ਉਹਨਾਂ ਲਈ ਬਣ ਜਾਂਦਾ ਹੈ ਇੱਕ ਸੁਪਨਾ ਬਸ਼ੀਰੇ ਵਾਂਗ ਫੁੱਟਬਾਲ ਖੇਡਣ ਦੀ ਤਾਂਗ ਵੀ ਪਲਾਟ ਬਣ ਜਾਂਦੀ ਹੈ ਕਹਾਣੀਕਾਰਾਂ ਲਈ ਕਹਾਣੀਕਾਰਾਂ ਲਈ